ਖਤਾ ਜਾਵੇਗਾ ਅਗਲੀ ਸ਼ਿੰਦਾ ਸਾਰਾ ਖਰਚਾ ਲਓ ਇਧਰ ਪ੍ਰਿਤਪਾਲ ਤੇ ਕਹਿੰਦੇ ਮੌਸਮ ਖਤਰੀ ਦਾ ਜੋਤ ਹੁੰਡੇ ਪਿੱਛੇ ਪਿੱਛੇ ਹੋ ਕੇ ਡਿੱਗਦੇ ਆ ਇਹ ਟਕਰਾ ਹੈ ਇਹ ਸਾਨਾ ਦੇ ਭੇੜ ਹੈ ਇਧਰ ਲਲਕਾਰੇ ਵੀ ਵੱਜਦੇ ਆ ਮੇਰੇ ਵੀਰੇ ਵਾਹ ਜੀ ਵਾਹ ਹਾਂਜੀ ਸਾਧਪੁਰੀਓ ਜੇ ਕੁਸ਼ਤੀ ਵਧੀਆ ਲੱਗੀ ਤੇ ਇੱਕ ਵਾਰ ਲਲਕਾਰਾ ਜਾਂ ਮਾਰ ਕੇ ਦੱਸ ਦਿਓ ਬਈ ਕੁਸ਼ਤੀ ਸਿਰਾ ਇਹ ਕੋਈ ਸ਼ੱਕ ਨਹੀਂ ਬਾਬਾ ਜੀ ਤੁਹਾਡੀ ਵੱਡੀ ਮਿਹਰਬਾਨੀ ਹੈ ਤੁਸੀਂ ਮੱਲ ਲਿਆਂਦਾ ਤੇ ਪਿੰਡ ਦੀ ਰੌਣਕ ਜਿਹੜੀ ਚੁਗਣੀ ਹੋਈ ਹੈ ਲਾ ਸਤਿਕਾਰਯੋਗ ਚਿਹਰੇ ਨੇ ਇਧਰਲੇ ਪਾਸੇ ਪ੍ਰਿਤਪਾਲ ਫਗਵਾੜਾ ਤੇ ਮੌਸਮ ਖੱਤਰੀ ਦੇ ਦਰਮਿਆਨ ਪੂਰਾ ਯੁੱਧ ਚੱਲਦਾ 5 ਤੇ 6 ਤਰੀਕਾਂ ਬੈਂਸਾਂ ਦੀਆਂ ਹੋਣਗੀਆਂ 5 ਤਰੀਕ ਨੂੰ ਪਿੜ ਹੋਣਾ ਤੇ 6 ਨੂੰ ਵੱਡਾ ਦੰਗਲ ਹੈ ਆਹ ਕੁਸ਼ਤੀ ਸਿਰਾ ਚੱਲਦੀ ਇਹਨਾਂ ਮੱਲਾਂ ਦੇ ਦਰਮਿਆਨ ਹਾਂਜੀ ਪੱਕਿਆਂ ਦੇ ਪਰਿਵਾਰ ਦੇ ਸੁੱਖ ਨਾ ਸੁੱਖੀ ਅਗਲੇ ਸਾਲ ਲਈ ਬੁਲਟ ਮੋਟਰਸਾਈਕਲ ਭਜਨ ਸਿੰਘ ਦੀ ਸਨਾ ਅਜੀਤ ਸਿੰਘ ਦੀ ਉਹਨਾਂ ਦੇ ਵੀ ਸੁੱਖ ਨਾ ਕਹਿੰਦੇ ਵੀ ਉਹਨਾਂ ਦੀ ਇਸ ਵਾਰ ਐਲਾਨ ਕਰਾਇਆ ਵੀ ਅਗਲੇ ਸਾਲ ਬੁਲਟ ਮੋਟਰਸਾਈਕਲ ਦਿੱਤਾ ਜਾਊਗਾ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਅਗਲੇ ਸਾਲ ਦੇ ਲਈ ਸਵਰਗ ਵਾਸੀ ਸਰਦਾਰ ਅਜੀਤ ਸਿੰਘ ਜੀ ਦੇ ਪਰਿਵਾਰ ਜਿਹੜਾ ਅਮਰੀਕਾ ਦੇ ਵਿੱਚ ਬੈਠਾ ਹੋਇਆ ਸਾਰੀ ਸ਼ਿੰਜ ਦਾ ਖਰਚਾ ਦੇਣਗੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਹਰਮਿੰਦਰ ਸਿੰਘ ਜੀ ਸਮਰਾੜੀ ਵਾਲੇ ਉਹ ਵੀ ਲਾਈਵ ਜੁੜੇ ਆ ਅੱਜ ਦੀ ਝੰਡੀ ਦੀ ਕੁਸ਼ਤੀ ਨੂੰ ਅਨੇਕਾਂ ਲੋਕ ਦੇਖ ਰਹੇ ਆ ਪਰ ਆਹ ਕੁਸ਼ਤੀ ਕਹਿੰਦੇ ਸਿਰਾ ਹੈ ਜਿਵੇਂ ਤੇਲੂ ਵੀਰ ਫੇਸਬੁੱਕ ਤੇ SIR ਲੈ ਕੇ ਵਿੱਚ BA ਪਾ ਦਈਏ ਉਹਨੂੰ ਸਿਰਾ ਕਹਿ ਦਿੰਦੇ ਪਰ ਸਿਰਾ ਕੁਸ਼ਤੀ ਹੈ ਜੇ ਕੁਸ਼ਤੀ ਵਧੀਆ ਲੱਗ ਰਹੀ ਤਾੜੀ ਜ਼ੋਰਦਾਰ ਮਾਰ ਦਿਓ ਦੋਨਾਂ ਮੱਲਾਂ ਦੇ ਦਰਮਿਆਨ ਪੂਰਾ ਯੁੱਧ ਚੱਲਦਾ ਹੈ ਮੌਸਮ ਖੱਤਰੀ ਤੇ ਪ੍ਰਿਤਪਾਲ ਫਗਵਾੜੇ ਦੇ ਦਰਮਿਆਨ ਐਨ ਸਿਰੇ ਦੀ ਕੁਸ਼ਤੀ ਚੱਲਦੀ ਹੋਈ ਮੱਲੋ ਮਾਰੋ ਦਾਅ ਵਿੱਚ ਵੱਡੇ ਸਰਨਾਮਿਆਂ ਵਾਲੀ ਗੱਲ ਹੈ ਕਿ ਮਹਾਂਵਲੀ ਰਣਜੀਤ ਸਿੰਘ ਹੋਇਆ ਨਾਲ ਜ਼ੋਰ ਦੇ ਮੁਲਕ ਲਾਏ ਗਿਆ ਮਲਤਾਨ ਕਸ਼ਮੀਰ ਪਿਸ਼ਾਰ ਚੰਬਾ ਜੰਮੂ ਕਾਂਗੜਾ ਕੋਟ ਨਵਾਏ ਗਿਆ ਖੋਲ ਮੁਲਕ ਨੇ ਚੀਨ ਦੀ ਲਦਾਖ ਤੋੜੀ ਸਿੱਖ ਆਪਣੇ ਨਾਮ ਦਾ ਚਲਾਏ ਗਿਆ ਸ਼ਾਹ ਮੁਹੰਮਦ ਜਾਨ 50 ਵਰਸਾ ਅੱਛਾ ਰੱਜ ਕੇ ਨਾਮ ਕਮਾਏ ਗਿਆ ਜਿਨ੍ਹਾਂ ਨੇ ਵੱਡੀ ਮਿਹਨਤ ਕੀਤੀ ਅੱਜ ਸਰਨਾਮਿਆਂ ਤੇ ਗੱਲ ਪਹੁੰਚੀ ਹੈ ਮੌਸਮ ਖੱਤਰੀ ਐਨ ਬਿਲਕੁਲ ਚੜ੍ਹਦੇ ਪਾਸੇ ਆ ਜਿਹਨੇ ਦੋਨੇ ਗੋਡਿਆਂ ਤੇ ਐਂਕਲੈਟ ਪਾਏ ਹੋਏ ਹੈ ਇਹ ਪ੍ਰਿਤਪਾਲ ਫਗਵਾੜਾ ਤੇ ਦੂਸਰੇ ਪਾਸੇ ਮੌਸਮ ਖੱਤਰੀ ਹੈ ਇਹ ਜੱਸਾ ਪੱਟੀ ਦੇ ਨਾਲ ਕਹਿੰਦੇ 11ਵੇਂ ਮਹੀਨੇ ਦੀ 3 ਤਰੀਕ ਨੂੰ ਵੱਡਾ ਦੰਗਲ ਹੋਣਾ ਹੈ ਤੇ ਬਿਲਕੁਲ ਬੈਂਸਾਂ ਦੀ ਧਰਤੀ ਦੇ ਵਿੱਚ ਵੀ ਵੱਡੇ ਦੁਨੀਆਂ ਦੇ ਮੱਲ ਪੁੱਜਣੇ ਜਿੱਥੇ ਪ੍ਰਿਤਪਾਲ ਕਮਲ ਜੀ ਡੂਮ ਛੇੜੀ ਮੌਸਮ ਖੱਤਰੀ ਧਰਮਿੰਦਰ ਕੁਹਾਲੀ ਅਨੇਕਾਂ ਮੱਲ ਜਿਹੜੇ 6 ਤਰੀਕ ਨੂੰ ਬੈਂਸਾਂ ਦੀ ਧਰਤੀ ਦੇ ਵਿੱਚ ਪੁੱਜਣੇ ਆ ਲਓ ਤੁਹਾਡੇ ਸਾਹਮਣੇ ਜੁੱਧ ਮੇਰੇ ਪੰਜਾਬੀ ਵੀਰੇ ਕਿ ਅੱਜ ਸਾਧਪੁਰ ਦੇ ਦੰਗਲ ਦੇ ਵਿੱਚ ਬੱਜੂ ਲਲਕਾਰਾ ਜਿਹੜਾ ਸੁਣ ਕੇ ਜਾਈ ਸਰਦਾਰਾ ਅੱਜ ਸਾਧਪੁਰ ਦੇ ਦੰਗਲ ਦੇ ਵਿੱਚ ਬੱਜੂ ਲਲਕਾਰਾ ਧੌਣ ਦੇ ਉੱਤੇ ਆ ਜਾ ਗੋਡਾ ਤੇ ਇੰਜ ਲੱਗਦਾ ਹੈ ਜਿਵੇਂ ਰੱਖਿਆ ਹੋਵੇ ਧੌਣ ਦੇ ਉੱਤੇ ਆਰਾ ਤੇ ਕਹਿੰਦੇ ਸਾਧਪੁਰ ਦੇ ਦੰਗਲ ਦੇ ਵਿੱਚ ਅੱਜ ਬੱਜੂ ਲਲਕਾਰਾ ਲਲਕਾਰੇ ਬੱਜ ਰਹੇ ਆ ਕਹਿੰਦੇ ਵੀ ਅੱਜ ਸਾਧਪੁਰ ਦੇ ਦੰਗਲ ਦੇ ਵਿੱਚ ਪ੍ਰਿਤਪਾਲ ਫਗਵਾੜਾ ਤੇ ਮੌਸਮ ਖੱਤਰੀ ਦਾ ਜਿੱਤ ਦੁਨੀਆ ਜੁੜੀ ਹੋਈ ਹੈ ਹੁਣ ਦੇਖਾਂਗੇ ਵੀ ਫੈਸਲੇ ਜਿੱਤ ਹਾਰ ਦੇ ਲੈ ਵੀ ਸਾਧਪੁਰ ਵਾਲਿਓ ਜੇ ਕੁਸ਼ਤੀ ਦਾ ਫੈਸਲਾ ਆਰ ਪਾਰ ਦਾ ਲੈਣਾ ਤਾੜੀ ਮਾਰ ਦੇ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦੇ ਵਾਹ ਜੀ ਵਾਹ ਫੈਸਲਾ ਆਰ ਹਾਰ ਦਾ ਜਿੱਤ ਹਾਰ ਦਾ ਫੈਸਲਾ ਵਾਹ ਜੀ ਵਾਹ ਲੰਬੜ ਨੇ ਮੈਨੂੰ ਆਉਂਦੇ ਸਾਰੇ ਜਾਣਕਾਰੀ ਦਿੱਤੀ ਵੀ ਸਾਰੇ ਵੱਖ ਵੱਖ ਨਗਰਾਂ ਦੇ ਵਿੱਚ ਬਾਰਿਸ਼ ਹੋਈ ਹੈ ਅੱਜ ਦੇ ਦਿਨ ਪਰ ਮਾਲਕ ਨੇ ਵੱਡਾ ਸਾਥ ਦਿੱਤਾ ਹੈ ਇੱਕ ਵਾਰ ਧੰਨ ਧੰਨ ਗੋਗਾ ਯਾਰ ਵੀਰ ਲਈ ਖੁੱਲ ਕੇ ਤਾੜੀ ਮਾਰਦੀ ਹੈ ਬਾਜੀ ਦੀ ਬਦੌਲਤ ਇਹ ਜਿੰਨੇ ਚਿਹਰੇ ਜੁੜੇ ਆ ਔਰ ਮੌਸਮ ਨੇ ਸਾਥ ਦਿੱਤਾ ਤੇ ਮੌਸਮ ਕੁਸ਼ਤੀ ਲੜ ਰਿਹਾ ਲਾ ਸਾਹਮਣੇ ਕਹਿੰਦੇ ਮੌਸਮ ਆਪ ਕੁਸ਼ਤੀ ਲੜ ਰਿਹਾ ਫਿਰ ਕਿੱਦਾਂ ਨਹੀਂ ਸਾਫ ਹੋਣਾ ਤੇਲੂ ਲੈ ਮੌਸਮ ਆਪ ਕੁਸ਼ਤੀ ਲੜਦਾ ਤੇ ਫਿਰ ਮੌਸਮ ਨੇ ਤਾਂ ਸਾਥ ਦੇਣਾ ਹੀ ਹੈ ਮੌਸਮ ਵੀ ਸਾਫ ਹੋਊਗਾ ਤੇ ਨਾਲ ਸੁਖੇ ਲੰਬੜ ਵੱਲੋਂ ਦੀਪਾ ਬਾਬਾ ਫਲਾਈ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਹੈ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ ਬਹੁਤ ਧੰਨਵਾਦ ਤੇ ਕਹਿੰਦੇ ਵੀ ਜੋਗਿਆਂ ਦੇ ਪਰਿਵਾਰ ਵੱਲੋਂ 1.5 ਲੱਖ ਦੀ ਕੁਸ਼ਤੀ ਕਰਵਾਈ ਜਾ ਰਹੀ ਹੈ ਤੇ ਅਗਲੇ ਸਾਲ ਲਈ ਸੁੱਖ ਸੁੱਖੀ ਹੈ ਪ੍ਰਮਾਤਮਾ ਉਹਨਾਂ ਦੀ ਸੁੱਖ ਪੂਰੀ ਕਰੇ ਤੇ ਬੁਲਟ ਮੋਟਰਸਾਈਕਲ ਦੇਣਗੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਨਾਲ ਕਹਿੰਦੇ ਵੀ ਅਗਲੇ ਸਾਲ ਦੇ ਵਾਸਤੇ ਸਵਰਗ ਵਾਸੀ ਅਜੀਤ ਸਿੰਘ ਦਾ ਪਰਿਵਾਰ ਅਮਰੀਕਾ ਦੇ ਵਿੱਚ ਵਸਿਆ ਹੋਇਆ ਹੈ ਉਹਨਾਂ ਵੱਲੋਂ ਸਾਰੀ ਸ਼ਿੰਦ ਦਾ ਖਰਚਾ ਦਿੱਤਾ ਜਾਵੇਗਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੀ ਅੱਜ ਬੰਗਲ ਕਹਿੰਦੇ ਹੋਏ ਪੰਜਾਬ ਦੇ ਵਿੱਚੋਂ ਪਹਿਲਵਾਨੀ ਦੀ ਦੁਨੀਆ ਦੀ ਸਾਰੀ ਕਰੀਮ ਇਕੱਠੀ ਕੀਤੀ ਹੈ ਜੇ ਅੱਜ ਦਾ ਦੰਗਲ ਵਧੀਆ ਲੱਗਿਆ ਤੇ ਇੱਕ ਵਾਰੀ ਦਿਲੋਂ ਤਾੜੀ ਮਾਰੋ ਸਾਡੇ ਲੰਬੜ ਦੇ ਵਾਸਤੇ ਵਾਹ ਉਹ ਲੰਬੜਾ ਸਿਰਾ ਕਰਵਾਤਾ ਸੁਖੇ ਲੰਬੜ ਨੇ ਕਹਿੰਦੇ ਵੀ ਐਨ ਹਰ ਦੰਗਲ ਦੇ ਵਿੱਚ ਜਾ ਕੇ ਐਡ ਵੀ ਕੀਤੀ ਹੈ ਸੰਗਤ ਵੀ ਹੁੰਮਾ ਮਾ ਕੇ ਪੁੱਜੀ ਹੈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਲੋ ਇਧਰਲੇ ਪਾਸੇ ਕਿ ਛੇਰੇ ਗਹਿਣੇ ਮਜਾਰੀ ਮੁੰਡਾ ਸੋਧੀ ਸਾਹਿਬ ਦੇ ਅਖਾੜੇ ਦਾ ਚਰਚਾ ਚ ਪੂਰਾ ਪ੍ਰਿਤਪਾਲ ਫਗਵਾੜੇ ਦਾ ਇਹ ਫਗਵਾੜੇ ਦਾ ਮੱਲ ਹੈ ਦੁਆਬੇ ਦਾ ਮੱਲ ਹੈ ਦੂਜੇ ਪਾਸੇ ਕਹਿੰਦੇ ਵੀ ਹਿਮਾਚਲ ਦਾ ਮੱਲ ਹੈ ਇਹ ਸੋਨੂ ਪਹਿਲਵਾਨ ਕਾਂਗੜਾ ਮੇਰੇ ਵੀਰੋ ਔਰ ਦੂਜਾ ਸੋਰੀ ਮੌਸਮ ਪਹਿਲਵਾਨ ਖੱਤਰੀ
मौसम बलबन खतरी जल्दी हुई कुश्ती ना नौजवानों के दरम्यान करमदीन दस मिनट गुजर चुके हैं, दस मिनट बीत चुके हैं कुश्ती के, कुछ समय बीत गया, कुछ बीतण वाला है। लो सामने मौसम ते कहंदे प्रितपाल फगवाड़ा। हाँ जी, 14 तरीक नूं शंकर दी धरती दे विच वड्डा दंगल होना, जस्सा पट्टी ते मौली महाराष्ट्र के दरम्यान युद्ध होना है, पर इधर प्रितपाल फगवाड़े ने खुच पट्टी है, खुच पट्टी है, खुच पट्टी, वाह ताड़ी मार दिओ मल्ला दे लई, ऐन बाहर बैठे ताड़ियां मारी जाओ, हजे ताड़ी दे को साहब टैक्स नहीं लगा, जो लग गया फिर किसी ने नहीं बजाने, हजे फ्री आप ताड़ी जोरदार मार दे दोनों मल्लां दे लई, ऐन सिरे की कुश्ती चलती है दोनों मल्लां दे दरम्यान, पूरा मान दिता। बहुत बहुत धन्यवाद साहब राजू गुरजोत साहब बल्ली जीता भाजी ते गोपी सरपंच जोड़ी सुखे लंबड़ का सारे वीर का बहुत बहुत धन्यवाद है जिनी बड़ी सेवा निभाई है दंगल के। वाड़ी गोबे लिया कुश्ती गोबे लो राणा बलवान जी सेंटर लियाओ गोबे जन लियाओ। वाह जी वाह, बड़ी शानदार कुश्ती इन्होंने नौजवानों के दरम्यान है, जिंदर गोपी सरपंच बहुत बहुत धन्यवाद सारे भरावान का। जिवें पंजाब का सेंटर फगवाड़ा आख्या जाता है, अज भी सेंटर कुश्ती सेंटर वाले मल की चलती है, दोनों पासे बड़े चोटी के मल ने। मौसम खतरी की जो गल करिए और काफी लंबी लिस्ट है जोगिंदर दिल्ली वांग मैडलों की, और दूसरे पासे चढ़ती ब्रेस का मल है न दाबेज वाली गल मलो मारो दाबेज फिर जाके कुश्ती जी आर पार होनी है कि पिंजरा लख हो भावे सोने का आजाद पंछी जहा मजा नहीं आ सकता, जुत्ती पैरां च होवे भावे सोने की पा के मंदिर के अंदर नहीं जा सकता, तारू लख होवे भावे समुंदरां दा बिना मलाह दे नहीं पार जा सकता, प्यारा सिंघा शेर मर जाओ भुख दुख पर मरदा मरदा कदे घा नहीं खा सकता, ला शेरां दी टक्कर चलदी आपस विच दी जिथे दूर दरेडे तो जिन्ने भी चेहरे जुड़े है वक् वक् नगरां तो जिन्नियां भी प्रबंधकी कमेटियां जुड़ियां ने कले कले चेहरे का वड्डा धन्नवाद। आने वाली 13 तरीक सुल्तानपुर के वड्डा दंगल है, आने वाली 21 तरीक दयालपुर के वड्डा दंगल है, जिन्ने भी वक् वक् नगरां दे विच दंगल होणगे, 20 तरीक नूं जिथे खड़खड़ कला, 20 तरीक नूं नागरियां दे विच वड्डा दंगल है, 13 ते 14 तरीक जिहड़ियां शंकर दीआं होणगीआं हलाके पर तो जिन्ने चेहरे जुड़े आ, पर 19 तरीक नूं ट्रैक्टर तवियां दे मुकाबले होणगे बुरज फांबड़े दी धरती दे विच, पर अज इस दंगल दे विच पूरा जोर लगा होया 9 ते 10 तरीकां गड़ी मां सिंह दीआं, पर दोनों मल्लां दा पूरा जोर लग रिहा है, सिरे दी गल आ 1.5 लाख रुपया एक पासे 100,000 स्वाद कुश्ती का, स्वाद कुश्ती का सरदार सतनाम सिंह जी एस एच ओ साहब थाना मकंदपुर उन्हों का भी बहुत बहुत धन्यवाद करते हैं, एस आई बलदेव सिंह जी उन्हों का भी बहुत बहुत धन्यवाद अज के दंगल मेरे पंजाबी वीरो। लो इधरले पासे सुरजीत सिंह जी सिरे का दंगल हो गया जिन्हों सिरा कह दिए और पंजाब की सारी कमी बुझी है। वाह टॉप की कुश्ती चलती है इस वेले प्रितपाल फगवाड़ा ते मौसम खतरी के दरम्यान, वाह भी वाह इधर सिरे की कुश्ती चलती है इलाके पर तो जिन्ने चेहरे जुड़े आ सब का वड्डा माण है भी लोड़ पैण उत्ते जिहड़ा खड़ता नहीं यार दसो ऐसे यार नूं की करना है, गोली चले धोखा देवे पस्तौल दसो ऐसे हथियार नूं की करना, इश्के दी गल कोर्ट कचहरी विच पहुंचे मुकरे जे नार दसो ऐसी नार नूं की करना है, कदे ना खोट बदले जी दे अंदर रहिंदी है, होवे जुत्ती भावे सोने दी पर पैरी पैंदी है सियाणियां दी गल्लां ने, पर इधर सियाणियां दे तत विचों पूरा जोर लगा होया पंजाब दी जरगेज मिट्टी दे विच वड्डा माण दित्ता। प्रितपाल फगवाड़ा ते मौसम खतरी दे दरम्यान युद्ध चलदा है, सिरे दी कुश्ती चलदी है, वे एक बार ताड़ी जोरदार मारदी सारी कमेटी दे लई जिन्हें बहुत वड्डा उपराला कीता ते दुनिया दे वड्डे मल्लां दे नाल दर्शन करवाए। वाह जी वाह, इहदे पासे कहिंदे वी 14 मिनट बीत गया ते 15 मिनट शुरू हो गया कुश्ती का, एक पासे प्रितपाल ते दूसरे पासे नौजवान है मौसम खतरी मेरे वीरो, जल्दी हुई कुश्ती इन्हां नौजवानों के दरम्यान है। वाह जी वाह, मालिक सारे परिवारों के उपर कृपा करे, मालिक सारे परिवारों के उपर कृपा करे। टोली टोली जदों कोई इंसान कहिंदे वी तुहाडे कोल कोई मंगण लई आवे ते उहनूं जरूर ਉਹਦੀ ਮੰਗ ਪੂਰੀ ਕਰਿਆ ਕਰੋ, ਕਿਉਂਕਿ ਪਰਮਾਤਮਾ ਨੇ ਇਹ ਦੇਖੋ ਵੀ ਤੁਹਾਨੂੰ ਦੇਣ ਵਾਲਿਆਂ 'ਚ ਰੱਖਿਆ ਤੇ ਮੰਗਣ ਵਾਲਿਆਂ 'ਚ ਨਹੀਂ ਰੱਖਿਆ, ਜਦੋਂ ਕੋਈ ਕੁਝ ਮੰਗਦਾ ਤੇ ਉਹਨੂੰ ਜ਼ਰੂਰ ਕੁਝ ਨਾ ਕੁਝ ਦਿਆ ਕਰੋ।
क्योंकि तेन परमात्मा ने देने वाले रखा है, शुकराना करो परमात्मा का। वाह जी वाह, इधरले पासे जित बड़ा शानदार है। वाह जी वाह, परमात्मा जिथे रखे उथे रहना पैंदा है, परमात्मा जिथे रखे उथे रहना पैंदा है। क्योंकि झांजर चाहे सोने की हो पाई पैरां दे विच जांदी है, ते बिंदी पंज बारिया लाई मथे ते जांदी है। झांजर चाहे सोने की पाई पैरां च जांदी है, बिंदी पंज रुपए की ते मथे ते लाई जांदी है। परमात्मा ने जिथे रखना है उहदे भाणे दे विच रहना चाहीदा, इंसान नूं उहदे भाणे च रहना चाहीदा है। आ इंसानां ने नेक नीत दे नाल मेहनत कीती दुनिया दे उपर, ते अज तूती बोलदी है ना मल्लां दे, अज तूती बोलदी है मेरे वीरे। हुण देखांगे वी इक पासे प्रितपाल फगवाड़ा ते दूसरे पासे नजर मौसम खत्री, ते डेढ़ लाख रुपए की कुश्ती इस वेले चल रही है। ला सिरा कुश्ती चलती है प्रितपाल फगवाड़ा ते मौसम खत्री। गुरप्रीत गोपी सरपंच उन्हां दा बहुत बहुत धन्यवाद है, और जोगियां दा परिवार जिन्हां वल्लों कहिंदे अज दी कुश्ती दा डेढ़ लाख रुपया इनाम दिता जा रहा है, बहुत बहुत धन्यवाद है, बहुत बहुत धन्यवाद है। लो चलती हुई कुश्ती इन्हां नौजवानों के दरम्यान है। हुण देखांगे फैसला जित हार दा, इह समें दीआं बातां ने, कुश्ती आर पार दी, कुश्ती आर पार दी मेरी वीरो। वाह जी वाह, ला सामने कहिंदे कुश्ती बाद टॉप दी चलदी मौसम खत्री, ते दूसरे पासे प्रितपाल फगवाड़ा है, ऐन सिरे दी कुश्ती है कि चंडिया गड़ासियां दे वार नहीं उचलदे, होणी अगे कदे हथियार नहीं उचलदे। ਉਹ ਕਾਹਦਾ ਬੰਦਾ ਦੋਸਤੋ ਜਿਹਦੇ ਪਿੱਛੋਂ ਪਿੰਡੋਂ ਬੰਦੇ ਚਾਰ ਨਹੀਂ ਉਚਲਦੇ, ਚੰਡਿਆਂ ਗੜਾਸੀਆਂ ਦੇ ਵਾਰ ਨਹੀਂ ਉਚਲਦੇ, ਕਿਸੇ ਕਿਸੇ ਕੁਸ਼ਤੀ ਵਿੱਚ ਸੁਪਰ ਸਟਾਰ ਨਹੀਂ ਉਚਲਦੇ। ਲਾ ਪ੍ਰਿਤਪਾਲ ਫਗਵਾੜਾ ਦੇ ਦੂਸਰੇ ਪਾਸੇ ਆਪਾਂ ਦੇਖੀਏ ਮੌਸਮ ਖੱਤਰੀ ਦੇ ਦਰਮਿਆਨ ਪੂਰਾ ਯੁੱਧ ਚੱਲਦਾ, ਤੇ ਡੇਢ ਲੱਖ ਰੁਪਈਏ ਦੀ ਝੰਡੀ ਹੈ, ਸੌ ਲੱਖ ਇੱਕ ਪਾਸੇ ਤੇ ਪੰਜਾਹ ਹਜ਼ਾਰ ਇੱਕ ਪਾਸੇ, ਤੇ ਫਿਰ ਜਾ ਕੇ ਡੇਢ ਲੱਖ ਦੀਆਂ ਗੱਲਾਂ ਬਣਦੀਆਂ ਨੇ। ਲਾ ਸਾਹਮਣੇ ਕਹਿੰਦੇ ਇਧਰਲੇ ਪਾਸੇ ਵੱਡਾ ਯੁੱਧ ਚੱਲਦਾ ਦੋਨਾਂ ਮੱਲਾਂ ਦੇ ਦਰਮਿਆਨ, ਸਿਰੇ ਦੀ ਕੁਸ਼ਤੀ ਹੈ, ਮਤਲਬ ਮਾਰੋ ਦਾਬੇ 'ਚ, ਕਿ ਬੰਦੂਕ ਤੋਂ ਵੀ ਦੁਨੀਆ ਡਰਦੀ ਹੈ, ਸ਼ਮਸ਼ੀਰ ਤੋਂ ਦੁਨੀਆ ਡਰਦੀ ਹੈ, ਭੈ ਹੁੰਦਾ ਹੈ ਸੱਪ ਦੀ ਲਕੀਰ ਦਾ, ਸ਼ੇਰ ਦੀ ਦਿਹਾੜ ਤੋਂ ਵੀ ਦੁਨੀਆ ਡਰਦੀ ਹੈ, ਸੂਰਮਾ ਚਾਹੇ ਜੱਗ ਤੋਂ ਤੁਰ ਜਾਂਦਾ ਉਹਦੀ ਤਸਵੀਰ ਤੋਂ ਵੀ ਦੁਨੀਆ ਡਰਦੀ ਹੈ, ਪਾਲੇ ਹੋਏ ਦੁੱਧ ਮੱਖਣਾਂ ਦੇ ਸਰੀਰ ਤੋਂ ਦੁਨੀਆ ਡਰਦੀ ਹੈ। ਐਨ ਕਹਿੰਦੇ ਪਾਲਿਆ ਹੋਇਆ ਸਰੀਰ ਹੈ, ਪਰ ਕੁਝ ਕੁ ਪਲ ਬਾਕੀ ਰਹਿ ਗਏ ਨੇ ਇਸ ਕੁਸ਼ਤੀ ਦੇ, ਜੇ ਕੁਸ਼ਤੀ ਵਧੀਆ ਲੱਗ ਰਹੀ ਤਾੜੀ ਜ਼ੋਰਦਾਰ ਮਾਰਦੀ ਹੈ ਆਪਾਂ ਇੱਕ ਵਾਰ ਇਹਨਾਂ ਮੱਲਾਂ ਦੇ ਲਈ। ਬਸ ਸਿਰੇ ਦਾ ਜਿੱਤ ਹੋ ਗਿਆ ਅੱਜ, ਇਤਿਹਾਸ ਦੀ ਕਹਿੰਦੇ ਪਹਿਲੀ ਕੁਸ਼ਤੀ ਹੈ ਪਹਿਲਵਾਨੀ ਇਤਿਹਾਸ ਦੀ, ਪ੍ਰਿਤਪਾਲ ਫਗਵਾੜਾ ਤੇ ਮੌਸਮ ਖੱਤਰੀ। ਅੱਜ ਕਹਿੰਦੇ ਤਿੰਨੋਂ ਕੁਸ਼ਤੀਆਂ ਦੇਖਣ ਯੋਗ ਹੋਈਆਂ ਹੈ, ਸਿਰੇ ਦੀਆਂ ਕੁਸ਼ਤੀਆਂ ਦੇਖਣ ਯੋਗ ਹੋਈਆਂ ਮੇਰੇ ਵੀਰੋ। ਅੱਜ ਦੀ ਚੰਡੀ ਸਾਧਪੁਰ ਨਗਰ ਮੇਰੇ ਵੀਰੋ ਦੁਆਬੇ ਦਾ ਪ੍ਰਸਿੱਧ ਪਿੰਡ ਹੈ। ਫੈਸਲਾ ਆਰ ਪਾਰ ਦਾ, ਫੈਸਲਾ ਜਿੱਤ ਹਾਰ ਦਾ, ਤੇ ਢੱਟ ਬਈਏ ਦਾ। ਵਾਹ ਜੀ ਵਾਹ, ਸ਼ਾਮ ਸੰਧੂਰੀ ਹੋ ਗਈ ਹੈ, ਉਧਰ ਮੈਂ ਵੇਖਦਾ ਵੀ ਸਾਡੇ ਐਮ ਐਲ ਏ ਸਾਹਿਬ ਬੈਠੇ ਆ ਜੀ, ਬੈਠੇ ਆ, ਕੋਲ ਜਾ ਕੇ ਪਤਾ ਲੱਗਦਾ। ਸੋਨਾ ਜੀ ਢੱਡਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ, ਅੱਜ ਦੇ ਦੰਗਲ ਦੇ ਵਿੱਚ ਲੰਬੀ ਹਾਜ਼ਰੀ ਭਰੀ ਹੈ, ਸੁੱਖੀ ਸ਼ਿਕਾਰ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਸੁਲੱਖਣ ਸਿੰਘ ਜੀ ਸਰਪੰਚ ਸਾਹਿਬ ਵੀ ਬੈਠੇ ਹੈ, ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਦੰਗਲ ਦੇ ਵਿੱਚ ਲਓ ਇਧਰਲੇ ਪਾਸੇ ਬੜੀ ਸ਼ਾਨਦਾਰ ਕੁਸ਼ਤੀ ਚੱਲਦੀ ਹੋਈ ਇਹਨਾਂ ਨੌਜਵਾਨਾਂ ਦੇ ਦਰਮਿਆਨ ਹੈ, ਐਨ ਜੁੱਧ ਹੈ ਪੰਜਾਬੀ ਵੀ ਲੋ ਵੇਖੋ। ਵਾਹ ਉਹ ਗੱਭਰੂ, ਕੁਝ ਸਮਾਂ ਬੀਤ ਗਿਆ ਬੀਤਣ ਵਾਲਾ ਹੈ, ਆਉਣ ਵਾਲਾ ਸਮਾਂ ਕਿਹਦੇ ਹੱਕ ਦੇ ਵਿੱਚ ਫੈਸਲਾ ਕਰਨ ਵਾਲਾ ਹੈ, ਹੁਣ ਦੇਖਾਂਗੇ ਬੱਲੇ ਬੱਲੇ ਬੱਲੇ। ਸੈਂਟਰ ਜਵਾਬ ਗੱਭੇ ਨੂੰ, ਗੱਭੇ ਨੂੰ, ਗੱਭੇ ਨੂੰ, ਜੇ ਕੁਸ਼ਤੀ ਵਧੀਆ ਲੱਗ ਰਹੀ ਤਾੜੀ ਜ਼ੋਰਦਾਰ ਮਾਰਦੇ ਦੋਨਾਂ ਮੱਲਾਂ ਦੇ ਦਰਮਿਆਨ, ਪੂਰਾ ਯੁੱਧ ਚੱਲਦਾ ਹੈ, ਔਰ ਕੁਝ ਕੁ ਪਲ ਬਾਕੀ ਹੈ ਪ੍ਰਿਤਪਾਲ ਫਗਵਾੜਾ ਦੇ ਦੂਸਰੇ ਪਾਸੇ ਮੌਸਮ ਖੱਤਰੀ, ਐਨ ਕਹਿੰਦੇ ਮਰਸੜੀ ਦੇ ਵਾਈਪਰ ਵਾਂਗ ਵਾਹਾਂ ਚੱਲਦੀਆਂ ਨੇ। ਤੇਲੂ ਜਿੱਥੇ ਆਪਾਂ ਖੜੇ ਹਾਂ 3,86,266 ਕਿਲੋਮੀਟਰ ਤੇ ਚੰਦਰਮਾ, ਤੇ ਸੂਰਜ 1,000 ਕਿਲੋਮੀਟਰ ਉੱਪਰ ਹੈ, ਉਹ ਵੀ ਡਿਊਟੀ ਦੇ ਕੇ ਚਲਾ ਗਿਆ, ਚਲੇ ਅਸੀਂ ਵੀ ਜਾਣਾ, ਚਲੇ ਸੰਗਤ ਨੇ ਵੀ ਜਾਣਾ। ਇੱਕ ਵਾਰ ਕੁਸ਼ਤੀ ਲਈ ਤਾੜੀ ਜ਼ੋਰਦਾਰ ਮਾਰ ਦਿਓ, ਸਾਰਿਆਂ ਦੀ ਹਾਜ਼ਰੀ ਜਿਹੜੀ ਲੱਗ ਜਾਵੇ, ਐਨ ਸਰਨਾਮਿਆਂ ਵਾਲੀ ਗੱਲ ਪਹੁੰਚੀ ਹੈ। ਹਾਂਜੀ ਬਾਕੀ ਬਾਹਰ ਹੋ ਪਰਵਾਨ ਜੀ ਬਾਹਰ ਹਜੇ ਬਾਕੀ, ਹਾਂਜੀ ਇੱਕ ਮਿੰਟ ਬਾਕੀ ਹੈ ਕੁਸ਼ਤੀ ਦਾ, ਇੱਕ ਮਿੰਟ ਦਾ ਸਮਾਂ। ਵਾਹ ਜੀ ਵਾਹ, ਜੇ ਅੱਜ ਦਾ ਜੁੱਤ ਵਧੀਆ ਲੱਗਾ ਦਰਸ਼ਕ ਵੀਰੇ, ਜ਼ੋਰ ਦਾ ਲਲਕਾਰਾ ਮਾਰ ਦਿਓ ਸਾਧਪੁਰੀਓ। ਵਾਹ ਇਹ ਸਵਾਦ ਹੈ ਕੁਸ਼ਤੀ ਦਾ, ਆਏ ਸਵਾਦ ਕੁਸ਼ਤੀ ਦਾ, ਬੜੀ ਸ਼ਾਨਦਾਰ ਕੁਸ਼ਤੀ ਨਾਲ ਨੌਜਵਾਨਾਂ ਦੇ ਦਰਮਿਆਨ ਹੈ। ਮੌਸਮ ਖੱਤਰੀ ਤੇ ਕਹਿੰਦੇ ਪ੍ਰਿਤਪਾਲ ਫਗਵਾੜੇ ਦਾ ਜੁੱਧ ਅੱਜ ਦੇਖਣ ਯੋਗ ਹੋ ਗਿਆ, ਔਰ ਪ੍ਰਿਤਪਾਲ ਫਗਵਾੜਾ ਤੇ ਮੌਸਮ ਖੱਤਰੀ ਦਾ ਜੁੱਧ ਦੇਖਣ ਯੋਗ ਮੇਰੇ ਪੰਜਾਬੀ ਵੀਰੇ। ਲੋ ਪੈਂਦੇ ਹੋਏ ਪਟਾਕੇ, ਵਾਹ ਕਿ ਸ਼ਰਦੇ ਛੋਟੇ ਵੀਰ ਆ ਕਰਨੀ ਰੀਤ ਸ਼ਰਾਬੀਆਂ ਦੀ,
ਆਵੇਖ ਵਟਾਕੇ ਪੈਂਦੇ ਕੁਸ਼ਤੀ ਉਹ ਖੇਡ ਪੰਜਾਬੀਆਂ ਦੀ ਬੱਲੇ 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 ਆ ਕੀ ਹੋ ਗਿਆ ਇਹਦੇ ਰੇਡ ਪੈਣ ਲੱਗ ਪਈ ਇਹ ਤਾਂ ਕਬੱਡੀ ਦੀ ਰੇਡ ਪੈਣ ਲੱਗ ਪਈ ਤਾੜੀ ਜ਼ੋਰਦਾਰ ਮਾਰ ਦਿਓ ਮੱਲਾ ਦੇ ਲਈ ਵਾਰੀ ਵਾ ਸਿਰਾ ਹੋ ਗਿਆ ਸਤਿਕਾਰਯੋਗ ਚਿਹਰੇ ਨੇ ਸਟੇਜ ਤੇ ਬਰਾਜਮਾਨ ਸਾਡੇ ਐਮ ਐਲ ਏ ਸਾਹਿਬ ਡਾਕਟਰ ਸੁਖਵਿੰਦਰ ਸੁੱਖੀ ਜੀ ਸੱਜੀਆਂ ਖੱਬੀਆਂ ਬਾਹਾਂ ਜਿੰਨੀਆਂ ਵੀ ਨਾਲ ਪਹੁੰਚੀਆਂ ਨੇ ਵੱਡਾ ਸਤਿਕਾਰ ਹੈ ਤੇ ਸੋਹਣ ਲਾਲ ਟੰਡਾ ਜੀ ਸਰਪੰਚ ਸੁਲੱਖਣ ਸਿੰਘ ਜੀ ਸੁਖਦੀਪ ਸਿੰਘ ਜੀ ਸ਼ਿਕਾਰ ਕੱਲੇ ਕੱਲੇ ਚਿਹਰੇ ਦਾ ਵੱਡਾ ਧੰਨਵਾਦ ਹਾਂਜੀ ਟਾਈਮ ਪੂਰਾ ਹੋ ਗਿਆ ਜੀ ਹਾਂਜੀ ਵੇਚਣਾ ਆਇਓ ਹਜੇ ਫੈਸਲਾ ਬਾਕੀ ਹੈ ਵੇਚਣਾ ਕੋਈ ਆਇਓ ਹਾਂਜੀ ਦਰਸ਼ਕ ਵੀਰੋ ਕੀ ਫੈਸਲਾ ਪ੍ਰਬੰਧਕੀ ਕਮੇਟੀ ਦਾ ਵੀ ਮੁੰਡਿਆਂ ਦਾ ਜੋਰ ਪੂਰਾ ਹੋਇਆ ਦਰਸ਼ਕ ਵੀਰੇ ਸਵਾਦ ਕੁਸ਼ਤੀ ਦਾ ਪੂਰਾ ਆਇਆ ਤੇ ਪ੍ਰਬੰਧਕੀ ਕਮੇਟੀ ਦਾ ਫੈਸਲਾ ਵੀ 5 ਮਿੰਟ ਖੁੱਲੇ ਦੇਵੇ ਦੋਨੋਂ ਭਲਵਾਨਾਂ ਨੂੰ 5 ਮਿੰਟ ਖੁੱਲੇ ਭਲਵਾਨਾਂ ਨੇ ਯਾਰ ਬਾਕੀ ਤਾਂ ਬਾਹਰ ਆ ਜਾਓ ਪਲੀਜ਼ ਆ ਜਾਓ ਸਾਰੇ ਆ ਜਾਓ ਹਾਂਜੀ ਕਹਿੰਦੇ ਜੋਤ ਜਾ 2 ਮਿੰਟ ਦੇ ਬਈ ਸੰਗਤ ਫੈਸਲਾ ਚਾਹੁੰਦੀ ਹੈ ਆਜੋ ਆਜੋ ਇੱਥੇ ਆਜੋ ਸੰਗਤ ਫੈਸਲਾ ਚਾਹੁੰਦੀ ਤਾੜੀ ਜ਼ੋਰਦਾਰ ਮਾਰ ਦਿਓ ਮੱਲਾ ਦੇ ਲਈ ਇੱਥੇ ਆਜੋ ਆ ਗਿਆ ਵੀ ਪ੍ਰਿਤਪਾਲ ਮੌਸਮ ਵਿੱਚ ਹੈ ਐਨ ਸਿਰੇ ਦੀ ਕੁਸ਼ਤੀ ਹੋਈ ਆ ਦੋਨਾਂ ਮੱਲਾਂ ਦਾ ਪੂਰਾ ਜ਼ੋਰ ਲੱਗਾ ਇੱਕ ਸੈਕਿੰਡ ਕੁਸ਼ਤੀ ਨਹੀਂ ਰੁਕੀ ਇੱਕ ਸੈਕਿੰਡ ਜਿਹੜੀ ਕਹਿ ਦੀ ਕੁਸ਼ਤੀ ਨਹੀਂ ਰੁਕੀ ਭਾਜੀ ਬਾਹਰ ਹੋ ਜਾਓ ਤੁਸੀਂ ਸਾਡੇ ਰੈਫਰੀ ਵੀਰਾਂ ਦਾ ਫੈਸਲਾ ਟਲ ਹੈ ਸਾਰੇ ਸਹਿਜਪਾਲ ਵੀਰ ਹੱਥ ਜੋੜ ਕੇ ਬੇਨਤੀ ਬਾਹਰ ਹੋ ਜਾਈਏ ਉਸਤਾਦ ਬਾਹਰ ਹਾਂਜੀ ਪੈਸੇ ਕਮੇਟੀ ਨੇ ਦੇਣੇ ਕਮੇਟੀ ਫੈਸਲਾ ਦੱਸੋ ਆਪਣਾ ਯਾਰ ਬਾਕੀ ਛੱਡੋ ਹਾਂਜੀ ਜੇ ਪੁਆਇੰਟ ਗਿਣਦੇ ਤਾਂ ਫਿਰ ਇੱਧਰ ਬਾਸ਼ਿੰਦਰਪਾਲ ਜੀ ਕਹਿੰਦੇ ਸਾਰੇ ਗਿਣ ਲਓ ਫਿਰ ਹਾਂਜੀ ਬਈ ਸੁੱਖਾ ਭਾਜੀ ਅਤੇ ਬਲਜੋਤ ਜੀ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਫੈਸਲਾ ਕਰਨ ਬਾਕੀ ਜਿੰਨੇ ਵੀ ਭਲਵਾਨ ਆ ਉਹ ਸਾਰੇ ਬਾਹਰ ਆ ਜਾਓ ਜੋ ਸਾਡੀ ਪ੍ਰਬੰਧਕ ਕਮੇਟੀ ਦਾ ਫੈਸਲਾ ਹੋਈ ਹੋਣਾ
ਹਾਂਜੀ ਬਾਕੀ ਬਾਹਰ ਆ ਜਾਓ ਹਲੋ ਭਾਈ ਬਾਹਰ ਸਾਹਿਬ ਬਾਹਰ ਹੋ ਜਾਓ ਇੱਧਰ ਅਸੀਂ ਕਹਿ ਰਹੇ ਹਾਂ ਜੋ ਸਾਡੀ ਪ੍ਰਬੰਧਕ ਕਮੇਟੀ ਦਾ ਫੈਸਲਾ ਉਹੀ ਹੋਣਾ ਹੈ ਜਲਦੀ ਤੋਂ ਜਲਦੀ ਮੈਂ ਸੁੱਕੇ ਉਹਨਾਂ ਨੂੰ ਬੇਨਤੀ ਕਰਦਾ ਕਿ ਆਪਣਾ ਫੈਸਲਾ ਦੱਸਣ ਕੋਈ ਟਾਈਮ ਬਹੁਤ ਹੋ ਗਿਆ ਟਾਈਮ ਖਰਾਬ ਨਾ ਕਰੋ ਬਈ ਪ੍ਰਵਾਨਾਂ ਨੂੰ ਬੇਨਤੀ ਹੈ ਵਿੱਚ ਜਾ ਕੇ ਟਾਈਮ ਖਰਾਬ ਨਾ ਕਰੋ ਹਾਂ ਯਾਰ ਪਹਿਲਵਾਨ ਤੁਸੀਂ ਬੈਠੋ ਜਾ ਕੇ ਯਾਰ ਬਾਕੀ ਬੈਠੋ ਬਾਕੀ ਵੀਰ ਬਾਹਰ ਹੋ ਜਾਓ ਬਾਹਰ ਪਲੀਜ਼ ਵੈਸੇ ਕਮੇਟੀ ਨੇ ਦੇਣੇ ਆ ਉਹ ਫੈਸਲਾ ਦਿਓ ਲੰਬੜਾ ਹਾਂਜੀ ਦੋ ਮਿੰਟ ਕੁਸ਼ਤੀ ਜੇ ਪਹਿਲਵਾਨ ਲੜਦੇ ਆ ਤਾਂ ਠੀਕ ਆ ਸਿੱਧੇ ਦੋ ਮਿੰਟ ਨਹੀਂ ਤੇ ਕੁਸ਼ਤੀ ਬਰਾਬਰ ਬਸ ਹੈਲੋ ਇਹ ਕਮੇਟੀ ਸੇ ਪੁੱਛੋ ਕਮੇਟੀ ਸੇ ਬਾਤ ਕਰੋ ਮੇਰੇ ਸੇ ਕਿਆ ਕਰ ਰਹੇ ਹੋ ਜਾਓ ਕਮੇਟੀ ਕੇ ਪਾਸ ਮੇਰੇ ਪਾਸ ਕਿਆ ਰੱਖਾ ਹੈ ਹਾਂ ਹਾਂਜੀ ਸਾਡੇ ਸਰਜੀਤ ਸਿੰਘ ਜੀ ਪ੍ਰਧਾਨ ਜੀ ਆਓ ਸਰਜੀਤ ਸਿੰਘ ਜੀ ਪ੍ਰਧਾਨ ਜੀ ਆ ਜਾਓ ਦੋਨਾਂ ਪਹਿਲਵਾਨਾਂ ਦਾ ਕੋਸ਼ਤ ਹੋਇਆ ਕੁਸ਼ਤੀ ਬਹੁਤ ਵਧੀਆ ਹੋਈ ਜੇ ਕੁਸ਼ਤੀ ਵਧੀਆ ਲੱਗੀ ਦਰਸ਼ਕ ਵੀਰੇ ਤਾੜੀ ਮਾਰ ਦਿਓ ਹੁਣ ਤੱਕ ਦੀ 20 ਮਿੰਟ ਦੀ ਕੁਸ਼ਤੀ ਵਧੀਆ ਲੱਗੀ ਹਾਂਜੀ ਠੀਕ ਹੈ ਜੱਬੋਵਾਲ ਤੋਂ ਸਾਰੀ ਪ੍ਰਬੰਧਕੀ ਕਮੇਟੀ ਪੁੱਜੀ ਵੱਡਾ ਧੰਨਵਾਦ ਆ ਜੀਆਂ ਨੂੰ ਮਿਹਰਬਾਨੀ ਬਈ ਜਿਹੜੇ ਐਕਟਿਵ ਨੇ ਬਾਹਰ ਹੋ ਜਾਈਏ ਯਾਰ ਪਹਿਲਵਾਨੋ ਤੁਸੀਂ ਪਹਿਲਾਂ ਬਾਹਰ ਹੋਵੋ ਬਾਹਰ ਹੋ ਜਾਓ ਯਾਰ ਪੈਸੇ ਕਮੇਟੀ ਨੇ ਦੇਣੇ ਫੈਸਲਾ ਕਮੇਟੀ ਦਾ ਬਾਕੀ ਬਾਹਰ ਹੋਵੋ ਇੱਥੇ ਬੈਠੋ ਬਾਕੀ ਪਹਿਲਵਾਨ ਬਾਹਰ ਹੋਵੋ ਬੇਨਤੀ ਹੈ ਬਈ ਬਾਹਰ ਹੋ ਜਾਈਏ ਸਾਰੇ ਮੇਰੇ ਵੀਰ ਸਾਡੀ ਕਮੇਟੀ ਵੱਲੋਂ ਬੇਨਤੀ ਹੈ ਨੰਬਰ ਜੀ ਹਾਂਜੀ ਕੁਸ਼ਤੀ ਬਰਾਬਰ ਤਾੜੀ ਮਾਰ ਦਿਓ ਇੱਕ ਵਾਰੀ ਜ਼ੋਰਦਾਰ ਬਈ ਬਰਾਬਰ ਚੜਾ ਦਿੱਤੀ ਕਮੇਟੀ ਨੇ ਤਾੜੀ ਜ਼ੋਰਦਾਰ ਮਾਰ ਦਿਓ ਜੀ ਪਹਿਲਵਾਨਾਂ ਦੀ ਕੁਸ਼ਤੀ ਬਹੁਤ ਵਧੀਆ ਸਖਤ ਨੇ ਪਸੰਦ ਕੀਤੀ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਸ਼ਬਦ ਬੋਲ ਕੇ ਹੁਣ ਤਾਂ ਮਾਫੀ ਚਾਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਗੁੱਗਾ ਯਾਰ ਵੀਰ ਜੀ ਦਾ ਬੋਲ ਸੱਚੇ ਦਰਬਾਰ ਦੀ ਜੈ ਸਤ ਸਤਨਾਮ ਸਿੰਘ ਜੀ ਬਹੁਤ ਬਹੁਤ ਧੰਨਵਾਦ ਦੁਆਬਾ ਨੇ ਪੰਜਾਬ ਪੁਲਿਸ ਦੇ ਕਰਮਚਾਰੀ ਪੁੱਜੇ ਸਰਦਾਰ ਸਤਨਾਮ ਸਿੰਘ ਜੀ ਸਾਡੇ ਦਰਮਿਆਨ ਐਸਐਚਓ ਸਾਹਿਬ ਵੱਡੀ ਸ਼ਖਸੀਅਤ ਹੈ ਐਡੀਸ਼ਨ ਹੈ ਐਸਐਚਓ ਸਾਹਿਬ ਨੇ ਵੱਡਾ ਧੰਨਵਾਦ ਹੈ ਇਹਨਾਂ ਦੇ ਨਾਲ ਜਿੰਨੇ ਚਿਹਰੇ ਹੈ ਸਭ ਦਾ ਬਹੁਤ ਬਹੁਤ ਧੰਨਵਾਦ ਫੈਰ ਹੋਣ ਲੱਗ ਪਿਆ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਰੱਬ ਰੂਪੀ ਜਿੰਨੀ ਸੰਗਤ ਆਈ ਹੈ ਕਿਸੇ ਦੇ ਖਿਲਾਫ ਕੋਈ ਮਾੜਾ ਮੋਟਾ ਉੱਚਾ ਨੀਵਾਂ ਸ਼ਬਦ ਬੋਲ ਗਿਆ ਹੋਵੇ ਤੇ ਦਾਸ ਨੂੰ ਆਪਣਾ ਬੱਚਾ ਸਮਝ ਕੇ ਮਾਫ਼ ਕਰਨਾ ਸੋ 2020 ਦੇ ਵਿੱਚ ਕਹਿੰਦਾ ਵੀ ਇਸੇ ਦਿਨ ਫਿਰ ਆਪਾਂ ਅਗਲੇ ਸਾਲ ਜਾਵਾਂਗੇ ਡੇਟ ਇਹ ਪੱਕੀ ਆ ਤੇ 30 ਤਰੀਕ ਪੱਕੀ ਆ ਮੇਰੇ ਵੀਰੋ ਜਿੰਨੇ ਵੀ ਸਟੂਡੀਓ ਵਾਲੇ ਵੀਰਾਂ ਨੇ ਸੇਵਾ ਨਿਭਾਈ ਸਾਰੇ ਕੈਮਰੇ ਵਾਲੇ ਵੀਰਾਂ ਦਾ ਧੰਨਵਾਦ ਵੈਸੇ ਹੁਣ ਸਟੂਡੀਓ ਵਾਲਾ ਕੰਮ ਬੜਾ ਫਾਸਟ ਹੋ ਗਿਆ ਕੈਮਰੇ ਟੌਪ ਦੇ ਆਉਣ ਲੱਗ ਪਏ ਹੁਣ ਕਹਿੰਦੇ ਸਟੂਡੀਓ ਵਾਲਿਆਂ ਨੂੰ ਅੱਖ ਨਹੀਂ ਮਿਚਣੀ ਪੈਂਦੀ
ਇਹ ਬਹੁਤ ਫਰਕ ਪੈ ਗਿਆ ਹੈ। ਸੋ ਇੱਥੋਂ ਦਾ ਦ੍ਰਿਸ਼ 5-7 ਸੈਕਿੰਡ ਦੇ ਵਿੱਚ ਕਹਿੰਦੇ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਚਲੇ ਜਾਂਦਾ ਹੈ। ਔਰ ਬਹੁਤ ਬਹੁਤ ਧੰਨਵਾਦ ਦੁਆਬਾ 9 ਵਾਲੀ ਟੀਮ ਦਾ ਵੀ ਜਿਹਨੇ ਵੀ ਵੀਰ ਸਾਰੇ ਵਾਹ ਜੀ ਵਾਹ। ਹਾਂਜੀ ਤੇਲੂ ਕਿੱਥੇ ਆ ਬਈ? ਇੱਥੇ ਹੀ ਆ, ਲੰਬੜ ਕੋ ਆ ਜਾ। ਹਾਂਜੀ ਜਿੰਨੇ ਵੀ ਸਾਡੇ ਉਸਤਾਦ ਲੋਕ ਇੱਧਰ ਮੇਨ ਸਟੇਜ ਵੱਲ ਆ ਜਾਓ, ਆ ਲੈਟ ਇੱਧਰ ਨੂੰ ਘੁਮਾ ਦਿਓ ਸਟੇਜ। ਹਾਂਜੀ ਬਹੁਤ ਬਹੁਤ ਧੰਨਵਾਦ। ਹਾਂਜੀ ਗੁਰੂ ਵਾਹ ਜੀ ਵਾਹ।